हो बाबा मेरे मोला हो तेरे कैसे रंग ने आने कई नकरियां दे नाल खांदे कई भूखे मरन बेचारे वाह मेरे मौला वाह मेरे मौला प्लस टू करके भी कोई ढीला नहीं लगा कोई कोई मकाम कोई हासिल मिले ही नहीं सुपना दे होई जी पहलो ते हैगा जी मतलब के सिंगिंग दा जी अच्छा ते कर देने में क्या के सिंगिंग दा ज्यादा तेरे नहीं चलदा के मतलब वो देख जेड़ा तेरा जिंदगी च बनया रे हां फिर आर्मी आ लो ए जी आर्मी दी भर्तियां देखने शुरू कीती हैं अच्छा हुन ते जी आ घर के जी बैठ गए जी सरकार भी पता नहीं तू सजना रब दे ना बढ़ेगा ते आंदे जांदे सावरगा हो तेनू पौन लई हो असी वे सजना तेनू पौन लई असी वे सजना कद की नहीं सकदे मन नु कोई बंदा सपोर्ट करने वाला तुहानू मिल जांदा कोई चंगा संगीतकार मिल जांदा कोई जौरी मिल जावे जां कोई रिकॉर्डर मिल जावे स्टूडियो वाला बंदा मिल जावे कह देवे भी आ यार तू मेरे स्टूडियो रिकॉर्ड कर ते फिर की जाओगे उधर बस नहीं जाना ही नहीं हुण मां प्यो दा ए सपना है कि मैं आर्मी च भर्ती होवां ऐसे कारण मतलब के सिंगिंग दा ते छड्डी करत्या कि नहीं सिंगिंग नहीं करनी मैं आर्मी च भर्ती होवां ਤੁਹਾਨੂੰ ਕੋਈ ਹੌਸਲਾ ਵਧਾਈ ਕੋਈ ਤੁਹਾਡੇ ਨਾਲ ਖੜਨ ਵਾਲਾ ਹੋਵੇ ਤੇ ਮੈਂ ਸਰਕਾਰ ਨੂੰ ਇਹੋ ਕਹਿਣਾ ਕਿ ਸਰਕਾਰ ਖੜਨ ਵਾਲੀ ਹੋਵੇ ਤੇ ਸਾਡਾ ਪੇਪਰ ਕਈ ਨਕਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮੇਰੇ ਮੌਲਾ ਵਾਹ ਮੇਰੇ ਮੌਲਾ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤੇ ਅੱਜ ਅੱਜ ਨਾ ਤੁਹਾਨੂੰ ਇੱਕ ਸਪੈਸ਼ਲ ਬੰਦਾ ਮਿਲਾਉਣ ਜਾ ਰਹੇ ਹਾਂ ਇਹ ਕੋਈ ਸੈਲੀਬ੍ਰਿਟੀ ਤਾਂ ਨਹੀਂ ਪਰ ਸੈਲੀਬ੍ਰਿਟੀ ਤੋਂ ਘੱਟ ਵੀ ਨਹੀਂ ਹੈ ਮੈਂ ਮੰਡੀ ਦੇ ਵਿੱਚ ਆਇਆ ਸੀ ਮੈਂ ਤਾਂ ਵੈਸੇ ਆਇਆ ਸੀ ਕਿਸਾਨਾਂ ਦੀਆਂ ਮੁਸ਼ਕਲਾਂ ਜਾਣਨ ਵਾਸਤੇ ਪਰ ਇੱਥੇ ਆ ਕੇ ਮੈਨੂੰ ਇਹ ਬੰਦਾ ਮਿਲ ਗਿਆ ਇਹ ਬੰਦਾ ਪਲੱਸ ਟੂ ਪਾਸ ਕੀਤਾ ਹੋਇਆ ਅਤੇ ਲਗਾਤਾਰ 4 ਵਾਰੀ ਆਰਮੀ ਦਾ ਫਿਜ਼ੀਕਲ ਟੈਸਟ ਪਾਸ ਕਰ ਚੁੱਕਾ ਅਤੇ ਗਾਉਂਦਾ ਵੀ ਬੜਾ ਸੋਹਣਾ ਮੈਂ ਸੁਣਿਆ ਇਹਨੂੰ 2-3 ਵਾਰੀ ਗਾਉਂਦਾ ਵੀ ਬੜਾ ਸੋਹਣਾ ਅਤੇ ਮੈਂ ਅਚਾਨਕ ਇਹਨੂੰ ਮੰਡੀ 'ਚ ਕੰਮ ਕਰਦਿਆਂ ਵੇਖਿਆ ਅਤੇ ਮੈਨੂੰ ਲੱਗਿਆ ਕਿ ਸਾਡੇ ਦਰਸ਼ਕਾਂ ਤੱਕ ਇਹ ਆਵਾਜ਼ ਜਿਹੜੀ ਪਹੁੰਚਾਉਣੀ ਚਾਹੀਦੀ ਹੈ ਅਤੇ ਆ ਜਾਓ ਕਰਦੇ ਹਾਂ ਸਵਾਗਤ ਅਤੇ ਕਰਦੇ ਹਾਂ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਆਪਣਾ ਨਾਂ ਦੱਸ ਦਿਓ ਸਾਰੇ ਦਰਸ਼ਕਾਂ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ ਹੈ ਹਾਂਜੀ ਅਤੇ ਗੁਰਪ੍ਰੀਤ ਸਿੰਘ ਫਿਰ ਕਿੰਨਾ ਪੜ੍ਹਿਆ ਤੂੰ ਮੈਂ ਪਲੱਸ 2 ਕੀਤੀ ਹੈ ਜੀ ਪਲੱਸ 2 ਅਤੇ ਪਲੱਸ 2 ਕਰਨ ਤੋਂ ਬਾਅਦ ਫਿਰ ਆ ਪੱਲੇਦਾਰੀ ਕਿਵੇਂ ਕਰ ਰਹੇ ਹੋ ਅੱਜ ਪੱਲੇਦਾਰੀ ਜੀ ਸਰਕਾਰ ਨੇ ਨਾ ਕੋਈ ਪਲੱਸ 2 ਕੀਤੀ ਤੋਂ ਬਾਅਦ ਕੋਈ ਨੌਕਰੀ ਤੇ ਦਿੱਤੀ ਨਹੀਂ ਤੇ ਕੰਮ ਤੁਹਾਨੂੰ ਪਤਾ ਇਹੋ ਹੀ ਆ ਦਿਹਾੜੀਆਂ ਫਿਰ ਪਲੱਸ 2 ਕਰਕੇ ਵੀ ਕੋਈ ਹਿੱਲਾ ਨਹੀਂ ਲੱਗਾ ਕੋਈ ਕੋਈ ਮਕਾਮ ਕੋਈ ਹਾਸਲ ਮਿਲਿਆ ਹੀ ਨਹੀਂ ਕੋਈ ਅੱਛਾ ਅੱਛਾ ਇਹ ਦੱਸੋ ਮੈਨੂੰ ਵੀ ਤੁਸੀਂ ਜਦੋਂ ਪੜ੍ਹਾਈ ਕੀਤੀ ਹੈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੜ੍ਹਾਈ ਛੱਡੀ ਨੂੰ ਭਾਈ ਤੇ ਵਾਵਾ ਜੀ ਹੋ ਹੀ ਗਿਆ ਆਪਣਾ 2-3 ਸਾਲ ਹੋ ਹੀ ਚੱਲੇ 2-3 ਸਾਲ ਹੋ ਗਏ ਪੜ੍ਹਾਈ ਛੱਡੀ ਨੂੰ ਤੇ ਕਿੰਨਾ ਚਿਰ ਤੁਸੀਂ ਭਰਤੀ ਵੇਖੀ ਕਿੰਨੀ ਵਾਰੀ ਗਏ ਹੋ ਭਰਤੀ ਵੇਖਣ ਭਰਤੀ ਚ ਮੈਂ 4 ਵਾਰੀ ਦੇਖੀ ਹੈ ਜੀ ਤੇ 4 ਵਾਰੀ ਫਿਜ਼ੀਕਲ ਟੈਸਟ ਪਾਸ ਕੀਤਾ ਹਾਂਜੀ 4 ਵਾਰੀ ਤੇ 4 ਆਰਸੀਆਂ ਹੋਣਗੀਆਂ ਤੁਹਾਡੇ ਕੋਲ ਹਾਂਜੀ ਮੇਰੇ ਤੋਂ 4 ਆਰਸੀਆਂ 4 ਆਰਸੀਆਂ ਤੇ ਉਸ ਤੋਂ ਬਾਅਦ ਪੱਲੇਦਾਰੀ ਕਰ ਰਹੇ ਹੋ ਫਿਰ ਪੱਲੇਦਾਰੀ ਹੁਣ ਅੱਜ ਜਲੰਧਰ ਵਾਲੀ ਭਰਤੀ ਦੇਖੀ ਹੈ ਜੀ ਇਹਦੇ ਵਿੱਚ ਵੀ ਫਿਜ਼ੀਕਲ ਫਿਟ ਹਾਂ ਜੀ ਅੱਛਾ ਤੇ ਇਹ ਵੀ ਕਰੋਨਾ ਦੇ ਕਾਰਨ 3-4 ਇਹਨੇ ਨਾ ਤਰੀਕ ਦਿੱਤੀ ਹੈ ਜੀ ਅੱਛਾ ਤੇ ਤਰੀਕ ਦੇ ਕੇ ਪੇਪਰ ਰੱਦ ਕਰ ਦਿੰਦੇ ਆ ਕਿ ਹੁਣ ਨਹੀਂ ਕੱਲ ਨੂੰ ਸਹੀ ਅੱਛਾ ਕੱਲ ਨੂੰ ਫਿਰ ਜਦੋਂ ਭਰਤੀ ਦੇਖਣ ਗਏ ਜੀ ਉਦੋਂ ਵੀ ਮੰਡੀ 'ਚੋਂ ਪੈਸੇ ਫੜ ਦੜ ਕੇ ਗਏ ਤੇ ਜਦੋਂ ਫਿਰ ਨਵੀਆਂ ਨਿਊ ਆਰਸੀਆਂ ਲੈਣ ਗਏ ਉਦੋਂ ਫਿਰ ਮੰਡੀ 'ਚੋਂ ਪੈਸੇ ਫੜ ਦੜ ਕੇ ਗਏ ਮੰਡੀ ਵਾਲੇ ਪੈਸੇ ਫੜ ਕੇ ਗਏ ਜਿਹੜੇ ਹੁਣ ਕੰਮ ਇਸ ਵਕਤ ਇੱਥੇ ਕਰਦੇ ਜਿਹੜਾ ਤੁਸੀਂ ਕਿਰਾਇਆ ਲੈ ਕੇ ਜਾਂਦੇ ਰਹੋ ਟੈਸਟ ਪਾਸ ਕਰਨ ਵਾਸਤੇ ਉਹ ਵੀ ਤੁਸੀਂ ਮੰਡੀ 'ਚੋਂ ਉਹ ਮੰਡੀ 'ਚੋਂ ਫੜਦੇ ਰਹੇ ਤੇ ਤਾਂ ਕਰਕੇ ਮੰਡੀ 'ਚ ਕੰਮ ਕਰਨਾ ਪੈਂਦਾ ਮੰਡੀ 'ਚ ਕੰਮ ਕਰਨਾ ਪੈਂਦਾ ਤੇ ਹੋਰ ਕੀ ਕੋਈ ਆਪਣਾ ਹੋਰ ਸੁਪਨਾ ਕੀ ਸੀ ਤੁਹਾਡਾ ਸੁਪਨਾ ਤੇ ਇਹੋ ਹੀ ਜੀ ਪਹਿਲੋ ਤੇ ਹੈਗਾ ਜੀ ਮਤਲਬ ਕਿ ਸਿੰਗਿੰਗ ਦਾ ਜੀ ਅੱਛਾ ਤੇ ਘਰਦਿਆਂ ਨੇ ਵੀ ਕਿਹਾ ਕਿ ਸਿੰਗਿੰਗ ਦਾ ਜ਼ਿਆਦਾ ਤੇਰੇ ਨਹੀਂ ਚੱਲਦਾ ਕਿ ਮਤਲਬ ਉਹ ਦੇਖ ਜਿਹੜਾ ਤੇਰਾ ਜ਼ਿੰਦਗੀ 'ਚ ਬਣਿਆ ਰਵੇ ਹਾਂ ਫਿਰ ਆਰਮੀ ਵੱਲ ਹੋਏ ਜੀ ਆਰਮੀ ਦੀਆਂ ਭਰਤੀਆਂ ਦੇਖਣੀਆਂ ਸ਼ੁਰੂ ਕੀਤੀਆਂ ਅੱਛਾ ਤੇ ਹੁਣ ਤੇ ਜੀ ਆ ਘਰ ਕੇ ਜੀ ਬਹਿ ਗਏ ਆ ਜੀ ਸਰਕਾਰ ਵੀ ਪਤਾ ਨਹੀਂ ਕੀ ਗਾਂ ਦੀ ਗਾਂ ਸਿੰਗਿੰਗ ਦਾ ਤੁਸੀਂ ਗੱਲ ਕੀਤੀ ਵੀ ਤੁਸੀਂ ਗਾਉਂਦੇ ਵੀ ਹੋ ਸਟੇਜਾਂ ਸਟੂਜਾਂ ਲਾਉਣ ਜਾਂਦੇ ਹੋ ਫਿਰ
नहीं जी स्टेट जानी जी। हाँ जिद एक अपना है समीर ढिलो है बस पंजाब चो कुड़ी जीती है। अच्छा। ना मतलब के बैग कोई भी साध ले बैग जिद ना मतलब बैग कोर्स करना कलाकारां दे पिछे गाउण जांदे पिछे गाउण जाना ते आप खुद की कदी होर कोई प्रोग्राम किते जांदे हो ते आप दा है जी कवाली दा है जी। अच्छा। कवाली दा आप खुद कर जाना कवाली महफिल कर दियो कवाली महफिल कर जाना जिदा जागरण हो गए जागरण दे विच गाउंदे। हां जी। अच्छा चल साडे दर्शकां नूं दो लैणा किसी चंगे गाने दियां सुना दो जिहड़ा तुहानूं लगदा वी आ गाना मेरा फेवरेट सॉन्ग है ओह दो लैणा साडे दर्शकां वास्ते सांझियां करो। फेवरेट ते होई है जी खान साहब दा सजना रब दे नाम सुना दो सुना दो। हो तूं सजना रब दे नाम वरगा ते आउंदे जांदे सावरगा तू सजना रब दे ना बरगा ते आउंदे जांदे सावरगा हो तेनू पौन लई हो असी वे सजना तेनू पौन लई असी वे सजना कद की नहीं सकदे हाय तेरे बिन मरता सकदे तेरे बिन जी नहीं सकदे। बहुत सोहना गाना ते की गल फिर कि उधर नहीं ट्राई की जिस तरह हुण नवे नवे प्रोग्राम चलते वॉइस ऑफ पंजाब जा आवाज पंजाब दी ओदे विच नहीं ट्राई की नहीं जी घर दी मजबूरियां करके नहीं जी कुछ भी इन्ना हल हो सकया। अच्छा मतलब कीती तां है ट्राई नहीं किसे पासे नहीं मतलब हिला हो सकया फिर इसे कारण फिर आर्मी दी भर्तियां देखणियां शुरू कीतियां फिर गायकी नूं छड्ड के आर्मी ले गए। हां ते उधर भी दाल नहीं गली उधर भी नहीं जी गली। एक पढ़िया लिखिया बंदा यार मंडी च कम करे चंगा तां नहीं लगदा वैसे हैना किसे नूं भी नहीं चंगा लगूगा ते जदों तुहाडे सुणन वाले जिहड़े तुहानूं तुहाडा गाणा पसंद करदे आ ओह जदों तुहानूं देखदे होणगे ते ओह फिर की कहिंदे होणगे तुहानूं वो तो यो कहें जी मतलब हौसला वधाई देंगे कि नहीं मतलब तू देख ला जी तेरा सिंगिंग हाल चलता तो नहीं माँ प्यो का यह सपना है कि मैं आर्मी च भर्ती होव। अच्छा। इसे कारण मतलब के सिंगिंग का तो छड ही कत्या कि नहीं सिंगिंग नहीं करनी मैं आर्मी च भर्ती होना हूँ सिंगिंग नहीं करनी आर्मी च भर्ती नहीं यार मैनू लग रहा भी तेनों उधरले पासे आना चाहिए जे मान लो कोई बंदा सपोर्ट करने वाला तुहानू मिल जाता कोई चंगा संगीतकार मिल जाता कोई जौहरी मिल जाए जो कोई रिकॉर्डर मिल जाए स्टूडियो वाला बंदा मिल जाए कह दे भी आ यार तू मेरे स्टूडियो रिकॉर्ड कर तो फिर की जाओगे उधरले पासे नहीं जाना ही नहीं होना की गल मन अक गया मन जी एहो ही है जी जे कोई मान लो तुम जिदा कहता जी मतलब कोई ਤੁਹਾਨੂੰ ਕੋਈ ਹੌਸਲਾ ਵਧਾਈ ਕੋਈ ਤੁਹਾਡੇ ਨਾਲ ਖੜਨ ਵਾਲਾ ਹੋਵੇ ਤੇ ਮੈਂ ਸਰਕਾਰ ਨੂੰ ਇਹੋ ਕਹਿਣਾ ਕਿ ਸਰਕਾਰ ਖੜਨ ਵਾਲੀ ਹੋਵੇ ਤੇ ਸਾਡਾ ਪੇਪਰ ਲਵੇ। ਅੱਛਾ ਮਤਲਬ ਤੁਸੀਂ ਆਰਮੀ 'ਚ ਹੁਣ ਜਾਣਾ ਪਸੰਦ ਕਰਦੇ ਗਾਉਣ ਵਾਲੇ ਪਾਸੇ ਨਹੀਂ ਜਾਣਾ ਗਾਉਣ ਵਾਲੇ ਪਾਸੇ ਜਾਣਾ ਹੀ ਨਹੀਂ। ਅੱਛਾ ਕੀ ਕਾਰਨ ਯਾਰ ਆਵਾਜ਼ ਤੇਰੀ ਬੜੀ ਵਧੀਆ ਪਰ ਮੈਨੂੰ ਲੱਗਾ ਵੀ ਤੁਹਾਨੂੰ ਸੰਗੀਤ 'ਚ ਜਾਣਾ ਚਾਹੀਦਾ ਨਹੀਂ। ਅੱਛਾ ਹੁਣ ਫਿਰ ਆਰਮੀ 'ਚ ਜਾਣਾ ਆਪਣਾ ਸੁਪਨਾ ਕਿ ਆਰਮੀ 'ਚ ਭਰਤੀ ਹੋਣਾ। ਅੱਛਾ ਮਾਤਾ ਪਿਤਾ ਦਾ ਸੁਪਨਾ ਪੂਰਾ ਕਰਨਾ ਹੈ ਮਾਤਾ ਪਿਤਾ ਦਾ ਆਪਣਾ ਸੁਪਨਾ ਤੇ ਕੋਈ ਚੱਕਰ ਨਹੀਂ ਪਰ ਮਾਂ ਪਿਓ ਦਾ ਸੁਪਨਾ ਪੱਕਾ ਆਪ ਦਾ ਸੁਪਨਾ ਸੀ ਸਿੰਗਰ ਬਣਾ ਪਰ ਮਾਂ ਪਿਓ ਦਾ ਸੁਪਨਾ ਸੀ ਕਿ ਸਾਡਾ ਪੁੱਤ ਜਿਹੜਾ ਆਰਮੀ 'ਚ ਜਾਵੇ ਪਰ ਬੱਚਾ ਕਹਿੰਦਾ ਵੀ ਮੈਂ ਆਪਣਾ ਮਾਪਿਆਂ ਦਾ ਸੁਪਨਾ ਪੂਰਾ ਕਰਨ ਵਾਸਤੇ ਆਪਣਾ ਉਹ ਜਿਹੜਾ ਗਾਇਕੀ ਦਾ ਕੀੜਾ ਜਿਹੜਾ ਵਾ ਗਾਇਕੀ ਦਾ ਸ਼ੌਂਕ ਆ ਉਹਨੂੰ ਮਾਰੂੰਗਾ। ਅੱਛਾ ਇੱਕ ਗੱਲ ਹੋਰ ਹੁੰਦੀ ਆ ਕਿ ਜ਼ਿਆਦਾਤਰ ਕੀ ਹੁੰਦਾ ਵੀ ਜਿਹੜਾ ਗਾਉਣ ਵਾਲਾ ਕੀੜਾ ਨਾ ਉਹ ਬੰਦੇ ਦੇ ਅੰਦਰੋਂ ਜਾਂਦਾ ਹੀ ਨਹੀਂ ਤੇ ਘਰ ਦੇ ਵਿੱਚ ਜਦੋਂ ਕਿਤੇ ਵਿਹਲਾ ਫੁਰਸਤ ਟਾਈਮ ਮਿਲਦਾ ਤੁਹਾਨੂੰ ਫਿਰ ਗਾਉਂਦੇ ਫਿਰ ਘਰ ਦੇ ਰੋਕਦੇ ਆ ਨਹੀਂ। ਅੱਛਾ ਲੱਗਾ ਰਿਹਾ ਕੋਈ ਚੱਕਰ ਨਹੀਂ ਪਰ ਆਉਂਦੇ ਆਪਣੀ ਪੜ੍ਹਾਈ ਵਾਲੇ ਵੀ ਧਿਆਨ ਦੇ ਕੋਈ ਨਾ ਮਤਲਬ ਸਿੰਗਿੰਗ ਵੀ ਕਰੀ ਆ ਪਰ ਸਾਨੂੰ ਸੁਣਾ ਪਰ ਜਿਹੜਾ ਸਾਡਾ ਸੁਪਨਾ ਤੂੰ ਉਹ ਪੂਰਾ ਕਰ ਨਹੀਂ ਹੁਣ ਮੇਰਾ ਇਹ ਸਿੰਗਿੰਗ ਦਾ ਸੁਪਨਾ ਹੈ ਹੀ ਨਹੀਂ ਜੀ ਸੁਪਨਾ ਮੇਰਾ ਇਹੋ ਹੀ ਆ ਕਿ ਮੈਂ ਆਰਮੀ 'ਚ ਭਰਤੀ ਹੋਵਾਂ ਆਰਮੀ 'ਚ ਭਰਤੀ ਜੇ ਮੰਨ ਲਓ ਹੁਣ ਆਰਮੀ ਆਪਾਂ ਨੂੰ ਨਹੀਂ ਮਿਲਦੀ ਕਿਉਂਕਿ ਸਾਰਾ ਮੈਂ ਇਹ ਗੱਲ ਕਵਾਂਗਾ ਕਿਉਂਕਿ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਨੂੰ ਉਹ ਚੀਜ਼ ਅਹਿਸਾਸ ਦਵਾ ਸਕਾਂ ਜਿਹੜਾ ਤੁਹਾਡੇ ਅੰਦਰ ਚੀਜ਼ ਉਹਨੂੰ ਆਪਾਂ ਬਾਹਰ ਦਰਸ਼ਕਾਂ ਤੱਕ ਪਹੁੰਚਾਈਏ ਹੈ ਨਾ। ਜੇ ਹੁਣ ਮੰਨ ਲਓ ਆਪਾਂ ਨੂੰ ਵਰਦੀ ਨਹੀਂ ਮਿਲਦੀ ਇਹ ਜ਼ਰੂਰੀ ਥੋੜ੍ਹੀ ਹੈ ਵੀ ਸਾਰੇ ਲੋਕ ਵਰਦੀ ਪਾ ਕੇ ਸੌਂਦੇ ਹੋਰ ਵੀ ਤਾਂ ਦੁਨੀਆਂ ਦੇ ਵਿੱਚ ਬਥੇਰੇ ਕੰਮ ਨੇ ਜਿੱਦਾਂ ਤੁਹਾਡਾ ਟੈਲੈਂਟ ਆ ਸੰਗੀਤ ਦਾ ਜਾਂ ਹੁਣ ਚਲੋ ਮੈਂ ਇਹ ਨਹੀਂ ਕਹਾਂਗਾ ਤੁਸੀਂ ਪੱਲੇਦਾਰੀ ਕਰ ਲਵੋ ਪਰ ਹੋਰ ਬਹੁਤ ਨੌਕਰੀਆਂ ਹੈਗੀਆਂ ਨੇ ਸਰਕਾਰ ਕਹਿ ਰਹੀ ਵੀ ਅਸੀਂ ਨੌਕਰੀਆਂ ਦੇਵਾਂਗੇ ਅਤੇ ਕੀ ਕਹਿਣਾ ਚਾਹੋਗੇ ਜੇ ਹੋਰ ਪਾਸੇ ਕਿਸੇ ਗੱਲ ਬਣਦੀ ਹੈ। ਗੱਲ ਤਾਂ ਇਹੋ ਹੀ ਹੈ ਜੀ ਲਾਸਟ ਭਰਤੀ ਹੈ। ਅੱਛਾ ਪਹਿਲੀਆਂ ਭਰਤੀਆਂ ਦੇ ਵਿੱਚ ਕੋਈ ਇੰਨੀ ਮੁਸ਼ਕਲ ਨਹੀਂ ਹੋਈ ਇਹ ਭਰਤੀ ਨੇ ਤਾਂ ਐਤੀ ਨਾ ਜੀ ਮਤਲਬ ਕਿ ਇੱਕ ਹਿਸਾਬ ਨਾਲ ਹੱਥ ਖੜੇ ਕਰਾਤੇ ਸਾਡੇ ਜਿੰਨੇ ਵੀ ਮੁੰਡੇ ਸਾਰਿਆਂ ਦੇ ਹੱਥ ਖੜੇ ਕਰਾਤੇ ਮਤਲਬ ਘਰ ਕੇ ਸਾਰੇ ਬਹਿ ਗਿਆ ਕਿ ਮਤਲਬ ਕਿ
हार जी एक छड़ ही दी, एक जीत वाली हार छड़ती है कि मतलब कि की कुछ बनूंगा कि नहीं बनूंगा। मतलब देखो जे भर्ती दे विच कुछ मकाम मिलता है ठीक है जी, नहीं तो फिर तुहाडे सामने फिर ओ कीड़ा ते आई है। हुण सीएम साहब चन्नी साहब बने ने तुहाडे सीएम साहब, ते सीएम साहब तो की मांग रखदे हो भी साडा कुछ सोचा जावे सानू नौकरी? मैं ते सीएम साहब चन्नी साहब ने इहो गल कहना चाहुंदा है कि इन्ना चिर ना पौण, क्योंकि मुश्किल बहुत ज्यादा है। क्योंकि पिछली बार जो न्यू आरसियां लैन गया हाँ इतों पिंड मुंडा ही वह जो मतलब कि एक अपने यार दोस्त न बहन गया तो सट लग गई, दोवे लत्त टुट गई, जिम्मेवार कौन है? मान लो सट्टा लग गया ना ना जो न्यू आरसियां, फिर इन्हें कहा कि न्यू आरसियां चाहिए। गोपी जी तुसी देख रहे हो कि असी वख वख शख्सियतां नूं तुहाडे नाल बुलाउंदे रहिंदे आ। मंडी दे विच मैं लंघ रहा सी ते मंडी दे विच वीर मैनूं मिलिया ते गाउंदा वी बहुत सोहणा, पर सुपना मन च सी सिंगर बनदा ते सिंगर तां नहीं बणिया जा सकिया, पर उहदा शौक जिहड़ा अज वी कहिंदा मापिआं दा सुपना सी कि मैं आर्मी दे विच भर्ती होवां ते आर्मी दे विच जावां, ते मापिआं दा सुपना पूरा करन वास्ते वीर अपना सुपना खत्म करके ते मापिआं दा सुपना पूरा करना चाहुंदा है। जुड़े रहो साडे नाल, जीरो ग्राउंड सुर सिंह पिंड तरन तारण, धन्यवाद।